ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਸੰਗਰੂਰ ਦੀ ਰਹਿਣ ਵਾਲੀ ਮਹਿਲਾ ਜੋ ਕਿ ਪੇਸ਼ੇ ਤੋਂ ਅਧਿਆਪਕ ਹੈ ਨੂੰ ਪਿਛਲੇ ਕੁਝ ਦਿਨਾਂ ਤੋਂ ਬਲੈਕਮੇਲ ਕਰਨ ਦੀ ਫੋਨ ਕਾਲ ਆ ਰਹੀ ਸੀ, ਜਿਸ ਤੇ ਉਸ ਨੂੰ ਤੇ ਉਸ ਦੇ ਮੁੰਡੇ ਨੂੰ ਜਾਂ ਉਸ ਦੀ ਤਸਵੀਰ ਹੋਣ ਦੀ ਗੱਲ ਕਹਿ ਕੇ 5 ਲੱਖ ਰੁਪਏ ਮੰਗੇ ਜਾ ਰਹੇ ਸੀ। ਪਰੇਸ਼ਾਨ ਹੋ ਕੇ ਮਹਿਲਾ ਨੇ ਸੰਗਰੂਰ ਪੁਲਿਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਨੂੰ ਫੜਨ ਲਈ ਇੱਕ ਜਾਲ ਬੁਣਿਆ। ਸੰਗਰੂਰ ਦੇ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਬਲੈਕਮੇਲ ਕਰਨ ਵਾਲਾ ਮੁੰਡਾ ਪਹਿਲੇ ਮਹਿਲਾ ਕੋਲ ਪੜਦਾ ਸੀ, ਉਸਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਲੱਖਾਂ ਰੁਪਏ ਠੱਗਣ ਦੀ ਸਾਜ਼ਿਸ਼ ਕੀਤੀ ਹੈ। ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਉਹਨਾਂ ਨੂੰ ਕੁਝ ਥਰੈਟਨਿੰਗ ਕਾਲਸ ਆ ਰਹੀਆਂ ਨੇ, ਕੋਈ ਬੰਦਾ ਉਹਨਾਂ ਨੂੰ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਏਵਜ਼ ਦੇ ਵਿੱਚ ਪੈਸੇ ਮੰਗ ਰਿਹਾ ਸੀ 5 ਲੱਖ ਰੁਪਏ। ਅਤੇ ਅਸੀਂ ਉਸਦੇ ਉੱਤੇ ਮਾਮਲਾ ਦਰਜ ਕਰਕੇ ਉੱਤੇ ਬਕਾਇਦਾ ਟਰੈਪ ਲਾ ਕੇ 4 ਬੰਦਿਆਂ ਨੂੰ ਅਰੈਸਟ ਕੀਤਾ। ਜਿਹੜਾ ਕਾਲਸ ਕਰ ਰਿਹਾ ਸੀ ਰੈਗੂਲਰ, ਉਹ ਬੰਦਾ ਵੀ ਨੋਮੀਨੇਟ ਹੋ ਚੁੱਕਿਆ ਅਤੇ ਉਹ ਹਲੇ ਭੱਜਿਆ ਹੋਇਆ, ਜਲਦੀ ਅਸੀਂ ਉਸਨੂੰ ਫੜ ਲਾਂਗੇ। ਪਰ 4 ਅਕਿਊਜ਼ ਅਸੀਂ ਅਰੈਸਟ ਕਰ ਚੁੱਕੇ ਹਾਂ। ਬਿਊਰੋ ਰਿਪੋਰਟ, ਐਨਆਰਆਈ ਟੀਵੀ।